श्रीकाल जी सारिया नूं, अज तीन चार चीज़ां कट्ठियां ही दिखाउणियां घेंट घेंट। एक तां खड़ी आ थार अपने कोले, एक खड़ी है विली ते एक खड़ी आ खड़िया वा जाऊंगा। ते नाल बई गिप्पी वीरे सति श्री अकाल, की हाल ने बई? सति श्री अकाल, ठीक ठाक चढ़दी करा। ਵੀ ਪਹਿਲਾਂ ਤਾਂ ਸਟਾਰਟ ਆਪਾਂ ਥਾਰ ਤੋਂ ਕਰ ਲਈਏ ਜੀ ਬਾਈ। ਤੇ ਇਹ ਥਾਰ ਕਿਹੜਾ ਮਾਡਲ ਸੀ ਤੇ ਕੀ ਕੀਤਾ ਇਹਨੂੰ? ਇਹ 2014 ਮਾਡਲ ਆ। ਹਾਂ ਹਾਂਜੀ, ਇਹਨੂੰ ਕੀ ਕੀਤਾ ਹੁਣ? ਇਹਨੂੰ ਇਹ ਵੀਰੇ ਇੱਕ ਤਾਂ ਤਰਪਾਲ ਆਉਂਦੀ ਹੈ ਇਹਦੇ ਓਰੀਜਨਲ। ਅੱਛਾ, ਉੱਤੇ? ਹਾਂਜੀ, ਇਹਨੂੰ ਆਪਾਂ ਹਾਟ ਟੌਪ ਕੀਤਾ ਵਾ। ਹਾਂ, ਬਾਕੀ ਫਰੰਟ ਬੰਪਰ ਆ ਜੀ, ਰੇਅਰ ਬੰਪਰ ਆ, ਇੰਟੀਰੀਅਰ ਸਾਰਾ ਆਪਣੇ ਕੋਲ ਹੋਇਆ, ਸਾਈਡ ਮਿਰਰ ਹੋਏ ਜਿੱਦਾਂ ਕਿ ਚੇਂਜ, ਇਹ ਸਾਰਾ ਕੁਝ ਤੁਸੀਂ ਕੀਤਾ? ਹਾਂਜੀ, ਤੇ ਦੂਜੇ ਨੰਬਰ ਤੇ ਪਲੱਸ ਪੁਆਇੰਟ ਸਾਰੀ ਇਹ ਗੱਡੀ ਪੇਂਟ ਆ। ਹੁਣ ਸਾਰੀ ਪੇਂਟ ਤੁਸੀਂ ਕੀਤੀ ਆਪ? ਆਪਾਂ ਹੀ ਕੀਤੀ ਆ। ਤੇ ਆਪਣੇ ਕੋਲੇ ਕੰਮ ਵੈਸੇ ਮੈਨੂਫੈਕਚਰ ਤੋਂ ਲੈ ਕੇ ਜੀ ਰੰਗ ਰੁੰਗ ਕੀ ਹੋਰ ਸਾਰਾ ਕੁਝ ਆਪਾਂ ਵੀਰੇ ਸਾਰਾ ਹੀ ਕੰਮ ਕਰਦੇ ਆ। ਹਾਂ, ਗੱਡੀਆਂ ਆਰਡਰ ਤੇ ਵੀ ਦਿੰਨੇ ਆ, ਡੈਂਟਿੰਗ ਪੇਂਟਿੰਗ ਕਸਟਮਰ ਦੀ ਗੱਡੀ ਵੀ ਆਪਾਂ ਰੈਡੀ ਕਰਕੇ ਦਿੰਨੇ ਆ। ਰੈਡੀ ਕਰਕੇ ਦਿੰਨੇ ਆ, ਆਹੀ ਗੱਲ ਸੀ ਨਾ ਮੇਨ, ਵੀ ਜਿਵੇਂ ਇਹਦਾ ਉਤਲਾ ਸ਼ੈਲ ਕਹਿ ਦਿੰਦੇ ਆ ਇਹਨੂੰ, ਹਾਟ ਟੌਪ ਕਹਿੰਦੇ ਆ, ਹਾਟ ਟੌਪ ਕਹਿ ਦਿੰਦੇ ਆ। ਉਹ ਇਹਦਾ ਇਹਨਾਂ ਨੇ ਤਿਆਰ ਕੀਤਾ ਬਈ ਗਿੱਪੀ ਨੇ। ਇਹ ਮਾਡਲ ਕਿਹੜਾ ਸੀ ਗੱਡੀ? ਇਹ 2014 ਦੇ 14 ਮਾਡਲ ਸੀ। ਤੇ ਤਰਪਾਲ ਹਟਾ ਕੇ ਤੁਸੀਂ ਪੱਕਾ ਕੰਮ ਕਰਤਾ? ਪੱਕਾ ਕਰ, ਵਿੱਚ ਸਨਰੂਫ ਜੇ ਵੀ ਰੱਖਤਾ? ਹਾਂਜੀ ਹਾਂਜੀ, ਸਨਰੂਫ ਵੀ ਹੈਗਾ, ਸਨਰੂਫ ਰੱਖਤਾ ਇਹਨਾਂ ਨੇ ਵਿੱਚ ਇਹਦੇ। ਦੇਖੋ ਵੀ ਉਦੋਂ ਬਾਅਦ ਚ ਆ ਗਈ ਬਾਈ ਵਿਲੀ ਜੀ ਬਾਈ। ਤੇ ਇਹ ਇਹ ਕਿਹੜਾ ਮਾਡਲ ਆ? ਇਹ ਆਰਡਰ ਤੇ ਆਏ ਵੀਰੇ ਹੁਣੀ ਆਸਟ੍ਰੇਲੀਆ। ਹਾਂਜੀ, ਇਹਨਾਂ ਨੇ ਫੋਨ ਤੇ ਆਰਡਰ ਕੀਤਾ ਸੀਗਾ ਤੇ ਗੱਡੀ ਰੈਡੀ ਆ ਹੁਣ ਜੀ, ਅੱਜ ਸ਼ਾਮ ਨੂੰ ਕੱਲ ਨੂੰ ਸਵੇਰੇ ਗੱਡੀ 2-3 ਦਿਨ ਦੀ ਰੈਡੀ ਆ ਆਪਣੇ ਕੋਲ। ਤੇ ਕਿੱਥੇ ਜਾਣੀ? ਆਸਟ੍ਰੇਲੀਆ ਜਾਣੀ ਹੈ? ਇਹ ਆਸਟ੍ਰੇਲੀਆ ਕਹਿੰਦੇ ਆ ਵੀ ਲੈ ਕੇ ਜਾਵਾਂਗੇ, ਪਰ ਹਜੇ ਨਹੀਂ ਲੈ ਕੇ ਜਾਣੀ ਜੀ। ਮਤਲਬ ਜਦੋਂ ਮਰਜ਼ੀ ਲੈ ਰੰਗ ਦੀ ਚੀਜ਼ ਬਣਾਤੀ, ਚੀਜ਼ ਬਣਾਤੀ ਆਪਾਂ ਜੀ। ਠੀਕ ਆ ਵੀ ਦੇਖੋ, ਇੱਕ ਤਾਂ ਚੀਜ਼ ਹੋ ਗਈ ਇਹਨਾਂ ਨੇ ਰੈਡੀ ਕਰਤੀ, ਤੇ ਇਹਦੇ ਵਿੱਚ ਹੁਣ ਸਰ ਇਹ ਕੀ ਆਇਆ ਕਿ ਸੀ ਮਟੀਰੀਅਲ? ਏ ਟੂ ਜ਼ੈਡ ਹੀ ਤਿਆਰ ਕੀਤੀ? ਏ ਟੂ ਜ਼ੈਡ ਆਰਡਰ ਤੇ ਹੀ ਗੱਡੀ ਆ ਇਹ। ਅੱਛਾ, ਹਾਂਜੀ, ਸਾਰੀ ਤੁਸੀਂ ਤਿਆਰ ਕੀਤੀ? ਹਾਂਜੀ, ਇਹਨਾਂ ਨੇ ਆਪਾਂ ਨੂੰ ਇਕੱਲੇ ਪੈਸੇ ਦੇਣੇ ਆ, ਹਾਂ, ਤੇ ਆਪਾਂ ਚਾਬੀ ਤੇ ਪੇਪਰ ਦੇਣੇ ਇਹਨਾਂ ਨੂੰ। ਬਸ ਬਸ, ਇਹ ਪਾਸ ਹੁੰਦੀਆਂ ਜਾਂ ਕਿਵੇਂ? ਹਾਂਜੀ, ਪਾਸ ਕਰਵਾ ਕੇ ਦਿੰਨੇ ਵੀਰੇ। ਪਾਸ ਕਰਵਾ ਕੇ ਦਿੰਨੇ ਹੋ? ਕਰਵਾ ਕੇ ਦਿੰਨੇ ਵੀਰੇ। ਠੀਕ ਆ ਠੀਕ ਆ, ਗੋਪੀ ਵਾਰੀ ਇਧਰੋਂ ਦਿਖਾ ਦਿਓ ਵੀ ਇਹ ਜਿਹਾ ਲੋਕਾਂ ਸੋਹਣੀ ਲੋਕਾਂ ਕਲਾਸਿਕ ਸਟਾਈਲ ਕਹਿ ਦਿੰਦੇ ਜਿਹਨੂੰ ਬਾਈ, ਹੈ ਨਾ ਜੀ ਜੀ, ਸ਼ੌਂਕੀਆ ਤੌਰ ਤੇ ਰੱਖਣ ਵਾਲਿਆਂ ਬੰਦਿਆਂ ਵਾਸਤੇ ਹੁੰਦੀ ਕਲਾਸਿਕ। ਟਾਇਰ ਭਾਵੇਂ ਮੋਟੇ ਪੁੱਲ ਭਾਵੇਂ ਪਤਲੇ ਪੁੱਲ, ਕਿੱਦੂ ਵੀ ਪਤਲੇ ਜੇ ਆਉਂਦੇ ਆ। ਹਾਂਜੀ, ਉਹ ਜ਼ਿਆਦਾ ਨਹੀਂ ਸੋਹਣੇ ਲੱਗਦ੾? 16 ਦਾ ਟਾਇਰ ਹੁੰਦਾ ਜੀ, ਕਈ ਉਹ ਵੀ ਪਵਾ ਕੇ ਰਹੀ, ਮੈਨੂੰ ਤਾਂ ਉਹ ਸੋਹਣੇ ਲੱਗਦੇ ਨੇ, ਬੜੇ ਪਤਲੇ ਜੇ ਵੀਰੇ। ਇਹ ਨਾ ਟਾਇਰ ਇਹਦੇ ਉਹਦੇ ਨਾਲੋਂ ਟਾਇਰ ਇਹ 1.5-2 ਇੰਚ ਉੱਚਾ। ਅੱਛਾ, ਹਾਂਜੀ, ਇਹਦੇ ਨਾਲ ਗੱਡੀ ਦਾ ਖੜਾਵਾ ਹੋਰ ਸੋਹਣਾ ਬਣ ਜਾਂਦਾ। ਅੱਛਾ, ਇਹਦੇ ਨਾਲ? ਠੀਕ, ਹਾਂਜੀ, ਉਹਦੇ ਛੋਟੇ ਵਾਲੇ ਆ। ਡੀਜ਼ਲ ਫਿਲਹਾਲ? ਇਹ ਡੀਜ਼ਲ ਆ ਜੀ, ਡੀਜ਼ਲ ਵਿੱਚ ਸਕਾਰਪੀਓ ਦਾ ਇੰਜਨ ਆ, TDI TDS ਸਕਾਰਪੀਓ ਦਾ ਹੋ ਗਿਆ ਨਾ ਜੀ। ਪਾਵਰ ਵੱਧ ਗਈ ਇਹਦੀ? ਪਾਵਰ ਵੱਧ ਗਈ 2600cc ਇੰਜਨ ਆ ਵੀਰੇ ਇਹ। 2600cc ਮਾੜੇ ਗੋਪੀ ਵੀਰੇ ਆਇਓ ਇਧਰਲੇ ਪਾਸੇ, ਆਪਾਂ ਦਿਖਾ ਦਈਏ ਇੰਟੀਰੀਅਰ ਕਿਸ ਕਿਸ ਨੇ ਸੀਟਾਂ ਲੱਗੀਆਂ ਵਾ। ਆ ਦੇਖੋ ਲੈ, ਬਸ ਕੋਈ ਉਹ ਨਹੀਂ, ਮਤਲਬ ਇੱਕ ਕਲਾਸਿਕ ਲੁੱਕ ਕਹਿ ਸਕਦੇ ਲੁੱਕ ਜਿਹਨੂੰ ਆਪਾਂ ਕਹਿੰਦੇ ਹਾਂ ਓਰੀਜਨਲ ਲੁੱਕ ਜੀ। ਦੇਖੋ ਆ ਜੀ ਸੀਟਾਂ ਵਗੈਰੇ ਹਿਸਾਬ ਦੀਆਂ ਲੱਗੀਆਂ ਹੋਈਆਂ, ਆ ਪਤਲਾ ਜਿਹਾ ਉਹੀ ਸਟੀਅਰਿੰਗ ਜਿਹਾ, ਕਿਉਂ ਬਾਈ? ਹੈ ਨਾ, ਫੌਜੀਆਂ ਵਾਲਾ ਬਸ, ਜਿੱਧਰ ਨੂੰ ਮਰਜ਼ੀ ਘੁਮਾਈ ਚੱਲੋ ਲੈ, ਕਿਉਂ? ਤੇ ਇੱਧਰਲੇ ਪਾਸੇ ਆਹ ਟੂਲ ਆ ਗਿਆ, ਟੂਲ ਬਾਕਸ ਹੋ ਦਿੱਤਾ ਇਹਨਾਂ ਨੇ। ਮਗਰਲੇ ਪਾਸੇ ਆ ਗਿਆ ਜੈਰੀ ਕੈਨ ਜੀ ਬਾਈ, ਜੈਰੀ ਕੈਨ ਲਾਤਾ। ਮਤਲਬ ਇਹੋ ਜਿਹੀਆਂ ਅਸੈਸਰੀਜ਼ ਹੁੰਦੀਆਂ ਨੇ, ਜਿਵੇਂ ਇੱਕ ਹੁਣ ਚੱਲਿਆ ਹੋਇਆ ਵਾ, ਹਾਂਜੀ, ਫੌਜੀ ਪਾਉਂਦੇ ਆ ਜਿਵੇਂ, ਹੈ ਨਾ, ਉਸ ਚੀਜ਼ ਨੂੰ ਹੂ ਬਹੂ ਇਹਨਾਂ ਨੇ ਰੱਖਤੀ ਉਹ ਚੀਜ਼, ਤੇ ਬਹੁਤ ਸੋਹਣੀ ਬਣੀ ਆ ਭਰਾ ਇਹ। ਫਿਰ ਤੇ ਆ ਫੋਨ ਦੇ ਤਾਂ ਇਹਨਾਂ ਨੇ, ਇਹ ਅੱਗੇ ਆਰਮੀ ਵਾਲੇ ਦੀ ਜੀਪਾਂ 'ਚ ਹੁੰਦਾ ਸੀਗਾ, ਹੈ ਨਾ ਜੀ ਬਾਈ, ਉੱਥੋਂ ਵਰਤੋਂ 'ਚ ਸੀ, ਹੁੰਦੇ ਸੀਗੇ ਜੀ, ਵਰਤੋਂ 'ਚ ਹੁੰਦੇ ਸੀਗੇ। ਫਿਲਹਾਲ ਹੁਣ ਇੱਕ ਸਟਾਈਲ, ਹਾਂਜੀ, ਸਟਾਈਲ ਹੋ ਗਿਆ, ਲੁੱਕ ਵਾਈਜ਼ ਹੀ ਲਾਉਣ ਲੱਗ ਪਏ, ਲੁੱਕ ਵਾਈਜ਼ ਬਸ ਸੋਹਣਾ ਲੱਗਦਾ ਵਾ ਇਸ ਕਰਕੇ ਆ। ਸਾਰੇ ਆਹ ਮੈਨੂੰ ਜੋ ਵੀ ਦਿੱਤਾ ਹੋਇਆ ਵਾ, ਇਹਦਾ ਸਟਿਕਰਸ ਵਗੈਰਾ ਲਾਏ ਹੋਏ ਆ। ਅਸਲ ਦੇ ਵਿੱਚ ਇਹ ਫੋਰਡ ਵਾਲਿਆਂ ਦੀ ਆਉਂਦੀ ਸੀ, ਹੈ ਨਾ ਭਰਾ? ਹਾਂਜੀ ਵੀਰੇ, ਫੋਰਡ ਵਾਲਿਆਂ ਦੀ ਆਉਂਦੀ ਸੀਗੀ। ਤੇ ਇੱਧਰਲੇ ਪਾਸੇ ਆਪਣਾ ਵੈਸੇ ਜਿਹੜੀ ਵਿਲੀ ਸੀ ਫੋਰਡ, ਇਹ ਅਮੈਰੀਕਨ ਸੀ ਗੱਡੀ, ਹਾਂਜੀ ਹਾਂਜੀ, ਅਮੈਰੀਕਨ ਸੀ। ਤੇ ਆਹ ਦੇਖੋ ਇੱਧਰਲੇ ਪਾਸੇ ਆਹ ਆ ਗਿਆ ਜੋਂਗਾ ਆਪਣਾ, ਇਹ ਕਿਹੜਾ ਮਾਡਲ ਸੀ ਭਰਾ? ਇਹ 99 ਮਾਡਲ ਆ ਵੀਰੇ, 99 ਮਾਡਲ ਆ। ਇਹਦੀ ਵੀਡੀਓ ਅਲੱਗ ਤੋਂ ਵੀ ਆਪਾਂ ਐਕਸਟਰਾ ਹੋਰ ਪਾਵਾਂਗੇ, ਇਹ 'ਚ ਇਹ ਕਿੰਨੇ ਸਿਲੰਡਰ ਆ ਮਾੜਾ ਜਿਹਾ ਮੋਟਾ ਜਾਣਕਾਰੀ ਦੇ ਦਿਓ। 2300cc ਇੰਜਣ, 2600 ਵਿਲੀ 'ਚ, ਉਹ 2600 ਆ ਤੇ ਇਹ 2300 ਆ, ਹਾਂਜੀ, 2300cc ਹੋ ਗਿਆ, 4 ਸਿਲੰਡਰ ਆ, 99 ਮਾਡਲ ਆ ਜੀ। ਤੇ ਆਫ ਰੋਡਿੰਗ ਲਈ ਮੈਂ ਕਹਿੰਦਾ ਤਿੰਨੇ ਹੀ ਬੈਸਟ ਨੇ, ਹਾਂਜੀ, ਉਹ ਪਰਲੀ 4x ਆ, 4x4 ਆ, ਇਹ 4x2 ਆ ਜੀ, ਇਹ ਵੀ 4x2 ਆ, ਇਹ 4x ਉਹ 4x4 ਆ ਮਿਦਰਾਲਿਆਂ ਦੀ ਜਿਹੜੀ ਖੜੀ ਆ ਥਾਰ, ਹੈ ਨਾ, ਹਾਂਜੀ ਹਾਂਜੀ, ਠੀਕ ਆ ਠੀਕ ਆ। ਇਹ ਹਿਸਾਬ ਕਿਤਾਬ ਆ, ਤੁਸੀਂ ਗਿੱਪੀ ਨੂੰ ਸੰਪਰਕ ਵੀ ਕਰ ਸਕਦੇ ਹੋ, ਤੁਹਾਨੂੰ ਕਿਸੇ ਕਿਸਮ ਦੀ ਕੋਈ ਸੁਵਿਧਾ ਦੀ ਲੋੜ ਆ ਤਾਂ ਫੋਨ ਕਰਕੇ ਆਪਦੀ ਗੱਲਬਾਤ ਕਰਕੇ, ਕਿਉਂ ਬਾਈ? ਬਿਲਕੁਲ ਜੀ, ਹਾਂ, ਉਹ ਵੀ ਤੁਸੀਂ ਕਰ ਸਕਦੇ ਹੋ। ਤਾਂ ਗਿੱਪੀ ਦਾ ਇਹ ਕਹਿ ਸਕਦੇ ਵਰਕਸ਼ਾਪ ਜਿਹੜੀ ਮੋਗੇ ਦੇ ਵਿੱਚ ਆ, ਕਿੱਥੇ ਐਡਰੈਸ ਕੀ ਸੀ ਆਪਣਾ? ਆਪਣਾ ਵੀਰੇ ਨੀਅਰ ਸਟੇਡੀਅਮ ਆ, ਨੀਅਰ ਸਟੇਡੀਅਮ ਦੇ ਨਾਲ, ਉੱਥੋਂ ਪੁੱਛ ਲਓ, ਬਾਕੀ ਯਾਰ ਜਦੋਂ ਫੋਨ ਕਰਕੇ ਹੀ ਆਓ ਜਦੋਂ ਵੀ ਆਉਣਾ, ਹੈ ਨਾ, ਤੇ ਕੋਈ ਵੀ ਜਾਣਕਾਰੀ ਲੈਣੀ ਆ ਤੁਸੀਂ, ਕਿਉਂਕਿ ਬਹੁਤ ਸਾਰੇ ਸਵਾਲ ਇੱਦਾਂ ਦੇ ਹੋਣਗੇ ਜਿਹੜੇ ਮੈਥੋਂ ਪੁੱਛਣੇ ਰਹਿ ਗਏ ਹੋਣਗੇ ਜਾਂ ਤੁਹਾਡੇ ਮਨਾਂ 'ਚ ਵੀ ਹੋਣਗੇ, ਉਹ ਬਾਈ ਫੋਨ 'ਤੇ ਤੁਸੀਂ ਪੁੱਛ ਸਕਦੇ ਹੋ। ਹਾਂ ਭਰਾ, ਮਾੜਾ ਚੱਕ ਕੇ ਦਿਖ ਦੇਖ ਲਈਏ ਆਪਾਂ, ਹਾਂਜੀ ਹਾਂਜੀ, ਚੱਕੇ ਚੱਕੇ ਉਹਨੂੰ। ਅੱਛਾ, ਆਹ ਇੰਜਣ ਆ ਭਰਾ, ਉਹ ਲਿਸ਼ਕਦਾ ਇਹਨਾਂ ਨੇ
ਤੇ ਕਿ 84 ਮਾਡਲ ਵਗੈਰਾ ਕੁਝ ਕਹਿੰਦੇ ਸੀ ਤੁਸੀਂ ਦੱਸਣਾ ਹਾਂਜੀ ਹਾਂਜੀ ਵੀਰੇ ਆ ਸਾਈਡਾਂ ਤੇ ਜਿਹੜਾ ਲਿਖਿਆ ਹੁੰਦਾ ਨਾ ਹਾਂ 84 ਨੰਬਰ ਹੁੰਦੀ ਆ ਅੱਛਾ ਅੱਛਾ ਜਿਹੜਾ ਵਾਈਟ ਚ ਦਿੱਤਾ ਹੋਇਆ ਤੁਹਾਡਾ ਵਾਈਟ ਚ ਦਿੱਤਾ ਤੇ ਉਹੀ ਇੰਜਣ ਦਾ ਹੋਊਗਾ ਇੰਜਣ ਜਿਹੜਾ ਹੁੰਦਾ ਨਾ ਵੀਰੇ ਇਹ ਡਿਸਪੋਜ਼ੇਬਲ ਹੁੰਦਾ ਵਾ ਇਹ ਡਿਸਪੋਜ਼ੇਬਲ ਵਹੀਕਲ ਆ ਇਹਨਾਂ ਦੇ ਇੰਜਣ ਨੰਬਰ ਨਹੀਂ ਹੁੰਦੇ ਆਰਸੀਆਂ ਦੇ ਜੀ ਜੀ ਬਿਲਕੁਲ ਇਹਨਾਂ ਦੇ 86 ਨੰਬਰ ਤੇ ਡਿਸਪੋਜ਼ਲ ਵਹੀਕਲ ਲਿਖਿਆ ਹੁੰਦਾ ਇਹਦੇ ਤੇ ਇਹਦੇ ਤੇ ਡੀਜ਼ਲ ਪਾਸ ਹੁੰਦੀ ਹੈ ਇਹ ਗੱਡੀ ਠੀਕ ਆ ਇਹ ਕਿੰਨੇ ਸਿਲੰਡਰ ਆ ਇਹ 2600 ਵੀਰੇ 26 ਇਹ 4 ਸਿਲੰਡਰ ਆ ਸੋਰੀ 2600 ਸੀਸੀ ਆ 2600 ਸੀਸੀ ਆ ਇਹ 4 ਸਿਲੰਡਰ ਇੰਜਨ ਆ 4 ਸਿਲੰਡਰ ਇੰਜਨ ਇਹ ਕਿਹਦਾ ਤਰ੍ਹਾਂ ਐਸੀ ਇੰਜਨ ਇਹ ਸਕੋਰਪੀਓ ਦਾ ਵੀਰੇ ਸਕੋਰਪੀਓ ਸਕੋਰਪੀਓ ਜਿਹੜਾ ਐਮ ਹੌਕ ਆ ਗਈ ਸੀ ਉਦੋਂ ਪਹਿਲਾਂ ਸੀਆਰਡੀ ਆਉਂਦੀ ਹੁੰਦੀ ਸੀ ਉਦੋਂ ਪਹਿਲਾਂ ਇਹ ਇੰਜਨ ਆਇਆ 6 ਮਾਡਲ ਚ ਜੀ 6 ਚ ਇੰਜਨ ਜਿਹੜਾ ਆਇਆ ਨਾ ਇਹ 4 ਤੋਂ 6 ਚ ਉਹ ਇੰਜਨ ਆ ਜੀ ਇਹ ਉਹ ਇੰਜਨ ਠੀਕ ਆ ਲਾ ਦਈਏ ਆਪਾਂ ਮਾੜਾ ਜਿਹਾ ਥਾਰ ਦਾ ਵੀ ਦੇਖ ਲਈਏ ਬਿਲਕੁਲ ਜੀ ਆ ਥਾਰ ਵਾਲਾ ਰਹਿ ਗਿਆ ਸੀ ਦੇਖਣ ਵਾਲਾ ਇਹ ਵੀ ਦੇਖ ਲਈਏ ਆਪਾਂ ਮਾੜਾ ਜਿਹਾ ਲਓ ਜੀ ਇਹ ਕਿੰਨੇ ਸੀਸੀ ਆ ਇਹਦਾ ਇੰਜਨ ਇਹ ਵੀਰੇ ਓਰੀਜਨਲ ਹੀ ਆ ਨਹੀਂ ਇੰਜਨ ਅੱਛਾ ਹਾਂਜੀ ਓਰੀਜਨਲ ਹੀ ਆ ਚੱਕਣਾ ਪੂ ਉਧਰੋਂ ਹਾਂਜੀ ਮੈਂ ਇਹ ਚਲਾ ਕੇ ਦੇਖੀ ਬਹੁਤ ਸਮੂਥ ਆ ਇਹ ਇਹਦਾ ਕਾਰ ਅਰਗੀ ਆ ਵੀਰੇ ਇਹ ਕਾਰ ਅਰਗੀ ਆ ਤੁਹਾਡੀ ਜੀਪ ਵੀ ਬਹੁਤ ਨਜ਼ਾਰੇਦਾਰ ਆ ਕੰਮ ਹਾਂਜੀ ਹਾਂਜੀ ਇਹ ਵੀ ਸੌਫਟ ਚੱਲਦੀ ਸੌਫਟ ਚੱਲਦੀ ਆ ਇਹ ਨਾ ਵੀਰੇ ਸੀਆਰਡੀ ਇੰਜਨ ਆ ਬਾਈ ਹੁਣਾਂ ਨੇ ਵੀ ਸਾਨੂੰ ਕਿਹਾ ਸੀਗਾ ਵੀ ਇੰਜਨ ਤੇ ਪਾਣੀ ਪੂਣੀ ਦੀ ਕੋਸ਼ਿਸ਼ ਕਰਿਓ ਵੀ ਨਾ ਵੱਜੇ ਤੇ ਪਾਣੀ ਪੂਣੀ ਨਾ ਲੱਗੇ ਕਿਉਂਕਿ ਇਹ ਸੈਂਸਰ ਆ ਇਹ ਸਟੀਮ ਵਾਸ਼ ਵਗੈਰਾ ਕਰਾ ਸਕਦੇ ਹਾਂ ਹਾਂਜੀ ਹਾਂਜੀ ਸਟੀਮ ਵਾਸ਼ ਹੁੰਦੀ ਆ ਇਹ ਉਹ ਹੋ ਸਕਦੀ ਹੈ ਸਟੀਮ ਵਾਸ਼ ਹੋ ਗਿਆ ਤੇ ਸੀਟਾਂ ਬਹੁਤ ਚੰਗੀਆਂ ਨੇ ਇਹਦੀਆਂ ਵੀ ਆਪਣੇ ਸੀਟਾਂ ਵੀ ਦੇਖਦੇ ਆਂ ਆਪਾਂ ਬਿਲਕੁਲ ਦੇਖਦੇ ਮੜਾ ਜਿਹਾ ਇੱਧਰ ਗੌਰ ਕਰ ਲਈਏ ਕੁੱਪੀ ਵੀਰੇ ਆਇਓ ਦੇਖੋ ਆ ਸੀਟਾਂ ਵਗੈਰਾ ਇਹ ਹਿਸਾਬ ਕਿਤਾਬ ਦੀਆਂ ਨੇ ਬਹੁਤ ਵਧੀਆ ਤੇ ਨਾ ਉੱਤੇ ਸਨਰੂਫ ਦਿੱਤਾ ਹੀ ਹੋਇਆ ਵਾ ਸਨਰੂਫ ਕਹਿ ਲਓ ਜਾਂ ਮੂਨਰੂਫ ਕਹਿ ਲਓ ਖੁੱਲਦਾ ਵੀਰੇ ਖੁੱਲਦਾ ਵਾ ਸਾਰਾ ਵਰਕਿੰਗ ਦੇ ਵਿੱਚ ਆ ਸਾਰਾ ਕੁਝ ਤੇ ਸੀਟਾਂ ਵਗੈਰਾ ਬਹੁਤ ਚੰਗੀਆਂ ਵਿੱਚ ਆ ਐਲਈਡੀ ਲਾਤੀ ਹਾਂਜੀ ਇਹ ਮੂਰੇ ਫਾਰਚੂਨਰ ਦੀਆਂ ਪਿੱਛੇ ਨੋਵਾ ਦੀਆਂ ਬੇਬੀ ਸੀਟਾਂ ਵਾ ਠੀਕ ਆ ਠੀਕ ਆ ਸਾਈਡਾਂ ਤੇ ਦੋਨਾਂ ਤੇ ਕੰਸੋਲ ਵੀ ਆ ਤੇ ਆਰਮ ਰੈਸਟ ਵੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਇੱਕ ਤਾਂ ਵੀ ਯਾਨੀ ਕਿ ਗਲਾਸ ਹੋਲਡਰ ਦੇ ਕੱਪ ਗਲਾਸ ਹੋਲਡਰ ਕਾਫੀ ਨੇ ਦਿੱਤੇ ਹੋਏ ਨੇ ਠੀਕ ਆ ਐਂ ਸੀ ਆਹ ਨਹੀਂ ਵੀਰੇ ਸ਼ੇਪ ਆਪਾਂ ਦਿੱਤੀ ਆ ਸਾਰੀ ਇਹ ਤੁਸੀਂ ਦਿੱਤੀ ਆ ਸ਼ੇਪ ਇਹਦੇ ਤਰਪਾਲ ਆਈ ਸੀ ਤਰਪਾਲ ਆਈ ਸੀ ਹਾਂਜੀ ਠੀਕ ਆ ਠੀਕ ਆ ਵੀ ਇਧਰੋਂ ਖੁੱਲ ਜਾਂਦਾ ਇਹ ਹਾਂਜੀ ਵੀਰੇ ਸਾਰਾ ਖੁੱਲਦਾ ਜੀ ਖੋਲਿਓ ਕਲਦੀਪ ਲੌਕ ਆ ਵਿੱਚੋਂ ਖੋਲੀ ਚਲੋ ਕੋਈ ਗੱਲ ਨਹੀਂ ਲੌਕ ਤਾਂ ਆਪਾਂ ਦੇਖ ਲਾਂਗੇ ਦੇਖੋ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਤੇ ਕਮਾਲ ਆ ਲਾਈਟਾਂ ਲੂਟਾਂ ਇਹ ਬਾਈ ਹੁਣਾਂ ਨੇ ਰਿਕੁਆਇਰਮੈਂਟ ਤੇ ਲਵਾਈਆਂ ਰੈਂਗਲਰ ਦੀਆਂ ਲਾਈਟਾਂ ਬਾਕੀ ਜਿਵੇਂ ਅਗਲਾ ਕਹੀਂ ਦੋਵੇਂ ਫਿਰ ਤੁਸੀਂ ਲਾ ਦਿੰਨੇ ਹੋ ਹਾਂਜੀ ਹਾਂਜੀ ਵੀਰੇ ਜੀ ਤੇ ਹੁਣ ਮਾੜੀ ਚਲਾ ਕੇ ਦੇਖੀਏ ਥਾਰ ਨੂੰ ਪਾਈਏ ਮੜਾ ਜਾਂ ਉਤੋਂ ਦੀ ਇਧਰ ਦੀ ਮੜਾ ਆ ਉਹ ਦਿਖਾ ਦਿਓ ਹਾਂ ਆਰਮ ਰੈਸਟ ਆ ਗਲਾਸ ਹੋਲਡਰ ਜੀ ਇਹਦੇ ਆਪਾਂ ਨੂੰ ਦੋ ਸਹੂਲਤਾਂ ਕਹਿ ਸਕਦੇ ਇਹਨੂੰ ਇੱਕ ਮਿੰਟ ਕਰ ਗਿਆ ਆਪਾਂ ਵਾਰੀ ਵਾਰੀ ਨਾ ਤਿੰਨੇ ਗੱਡੀਆਂ ਉਹ ਉੱਥੋਂ ਪੁੱਠੇ ਤਰ੍ਹਾਂ ਹੋ ਟਪਾ ਕੇ ਦੇਖੀਏ ਬਿਲਕੁਲ ਜੀ ਤੇ ਮੈਂ ਥਾਰ ਚਲਾਉਣਾ ਚਲਾਓ ਤੇ ਗੋਪੀ ਕੈਮਰਾਮੈਨ ਬਾਈ ਮੜਾ ਫਰੰਟ ਤੇ ਚਲੋ ਕੱਲੇ ਕੱਲੇ ਆਪਾਂ ਚਲਾ ਕੇ ਚੜਾ ਕੇ ਦੇਖਦੇ ਆ ਕਿਵੇਂ ਆ ਗੱਲਬਾਤ ਚਾਬੀ ਇਹਦੀ ਕਿਤੇ ਦਿਓ ਲਓ ਜੀ ਥਾਰ ਦਾ ਦੇ ਕਰਦੇ ਆ ਚੜਾ ਕੇ ਦੇਖਦੇ ਆ ਤਾਂ ਢਾਲ ਕੀ ਬਣਦਾ ਇਹਦਾ ਯੋ ਮੈਨ ਥਾਰ ਦਾ ਚੜੀ ਜਾਣੀ ਆ ਤਕੜੀ ਆ ਗੱਡੀ ਲੋ ਵੀ ਆਪਾਂ ਤਾਂ ਹੋ ਗਏ ਪਾਸ ਅੱਗੇ ਮਗਰ ਹੁਣ ਜੀਪ ਆ ਰਹੀ ਆ ਤੇ ਮਗਰ ਹੀ ਫਿਰ ਉਹ ਜੌਂਗਾ ਚੜਿਆ ਆ ਲੈ ਆਫ ਰੋਡਿੰਗ ਲਈ ਦਰਸ਼ਕੋ ਬੈਸਟ ਗੱਡੀਆਂ ਨੇ ਇਹ ਤੇ ਤੁਸੀਂ ਵੀ ਚਾਹੋ ਅਗਰ ਸ਼ੌਂਕੀ ਹੋ ਆਫ ਰੋਡਿੰਗ ਦੇ ਤਾਂ ਇੱਦਾਂ ਦੀਆਂ ਤੁਸੀਂ ਲੈ ਸਕਦੇ ਹੋ ਬਣਵਾ ਸਕਦੇ ਹੋ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਾਂਗੇ ਕਿਉਂਕਿ ਵੀਰੇ ਧੰਨਵਾਦ ਤੇ ਨੰਬਰ ਆਪਾਂ ਵਿੱਚ ਪਾ ਦੇਣਾ ਕਾਲ ਵੀ ਤੁਸੀਂ ਕਰ ਸਕਦੇ ਹੋ